स्टडी इन यूके, बहुत सारे स्टूडेंट्स का अजकल जिहड़ा ध्यान है यूके वाल जा रहा है। फिर दोबारा यूके दे विच साडे कोल ऑलमोस्ट 95 यूनिवर्सिटीज़ डायरेक्ट टाई अप्स ने जिथे तुसी अप्लाई कर सकते हो। हर सिटी हर स्टेट दे विच साडे कोले यूनिवर्सिटीज़ अवेलेबल है और यूके दे विच पीटी आइल्स दोनों एक्सेप्टेबल है और लो स्कोर जस्ट लाइक 40 नॉट लैस दैन 46 इदां दा स्कोरस की भी यूनिवर्सिटीज़ है जिहड़े एक्सेप्टेंस हैगियां। ओवरऑल 6 ने, 5.5 एक या दो दे विचों भी यूके चल जाता है। बट यूके दे रिगार्डिंग एक मैं बहुत अवेयरनैस और एक चीज़ कहना चाहवागा स्टूडेंट्स नूं कि यूके ओहो स्टूडेंट जां जिन्हां कोले पिछे बैकअप है। अज दे समें च देखिया गया कि बच्चा यूके नूं तां भज रहा पर उत्थे जाके डिप्रैशन च जा रहा है, जॉब्स नहीं मिल रहीं। हर साल यूके दे विच उहनां नूं अपना वीज़ा लाइव रखने वास्ते 15 to 18 lakh यूनिवर्सिटी नूं देना पैंदा। हुण 3 साल का अगर तुहाडा कोर्स है, ऑलमोस्ट 40-45 lakh तुसीं यूनिवर्सिटी नूं दे दिंदे हो और एक मध्यम दर्जे की फैमिली यूके अफोर्ड नहीं कर सकती। बच्चा एक बार यूके पहुँच जाता है, बाद चों उसनूं असलीयत पता लगती है, फिर वह उत्थे इलीगल हुंदा है, काम च पैंदा है, अल्टीमेटली उहदा फ्यूचर स्पॉयल हो जाता है। जे तुसीं उत्थे पढ़न जा रहे हो ਤਾਂ ਯੂ ਮਸਟ ਹੈਵ ਏ ਵੀਜ਼ਨ ਕਿ ਉੱਥੇ ਸਟੱਡੀ ਕਰਨੀ ਹੈ, ਨਾਲ ਨਾਲ ਕੰਮ ਵੀ ਕਰਨਾ ਔਰ ਉੱਥੇ ਵਰਕ ਪਰਮਿਟ ਲੈ ਕੇ PR ਲੈਣੀ ਹੈ। ਕਿਹਾ ਜਾਂਦਾ ਕਿ ਯੂਕੇ 'ਚ PR ਨਹੀਂ ਮਿਲਦਾ, ਇਹ ਬਿਲਕੁਲ ਰੋਂਗ ਸਟੇਟਮੈਂਟ ਹੈ। ਜਿਹੜੇ ਸਟੂਡੈਂਟ ਪੜ੍ਹਦੇ ਹੈ, ਕੰਮ ਕਰਦੇ ਐਜ਼ ਪਰ ਨੋਮਸ, ਉਹਨਾਂ ਨੂੰ PR ਵੀ ਉੱਥੇ ਮਿਲਦੀ ਹੈਗੀ ਹੈ। ਹੁਣ ਜਿਹੜੇ ਸਟੂਡੈਂਟਸ ਉੱਥੇ ਜਾਂਦੇ ਆ, ਯੂਨੀਵਰਸਿਟੀ ਨਹੀਂ ਜਾਂਦੇ, ਡਰੋਪ ਆਊਟ ਕਰ ਲੈਂਦੇ, ਅਲਟੀਮੇਟਲੀ ਬੈਕ ਐਂਡ ਤੋਂ ਵੀਜ਼ਾ ਪਲੱਕ ਹੋ ਜਾਂਦਾ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿਸ ਟਾਈਮ ਉਹਨਾਂ ਨੂੰ ਡਿਪੋਰਟ ਕਰ ਦੇਣਾ ਉਸ ਕੰਟਰੀ ਨੇ। ਸੋ ਜੇ ਸਟੂਡੈਂਟਸ ਦਾ ਮਾਇੰਡ, ਜੇ ਤੁਹਾਡਾ ਮਾਇੰਡ ਹੈ ਯੂਕੇ ਸਟੱਡੀ ਕਰਨਾ, ਮੇਕ ਸ਼ੋਰ ਤੁਹਾਡੇ ਕੋਲ ਬਜਟ ਹੋਣਾ ਚਾਹੀਦਾ ਹੈ। 13-14-15 lakh ਜਾਣ ਟਾਈਮ ਲੱਗੇਗਾ, ਫਿਰ ਉੱਥੇ ਤੁਹਾਨੂੰ ਜਿਹੜਾ ਹੈ ਹਰ ਸਾਲ ਤੁਹਾਨੂੰ ਫੀਸ ਅਕੋਰਡਿੰਗਲੀ ਪੇ ਕਰਨੀ ਪਏਗੀ। ਮਾਸਟਰ ਪ੍ਰੋਗਰਾਮ ਲਈ ਬਹੁਤ ਅੱਛਾ ਯੂਕੇ ਹੈ, 1 ਸਾਲ ਦੀ ਪੜ੍ਹਾਈ ਕਰੋ, 2 ਸਾਲ ਦਾ ਵਰਕ ਪਰਮਿਟ ਲਓ, ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ। ਅਗਰ ਤੁਹਾਡੀ ਗ੍ਰੈਜੂਏਸ਼ਨ ਇੰਡੀਆ ਦੇ ਵਿੱਚ ਹੈ, ਹੁਣ ਅਸੀਂ 12 ਸਾਲ ਦੇ ਗੈਪ ਵਾਲੇ ਦਾ ਵੀ ਵੀਜ਼ਾ ਲਗਵਾਇਆ, ਤੁਸੀਂ ਸਾਡੇ ਯੂਟਿਊਬ ਚੈਨਲ ਦੇਖੋ, ਪਰਮਿੰਦਰ ਕੌਰ ਜਿਹੜੇ ਕਿ ਚੰਡੀਗੜ੍ਹ ਤੋਂ ਨੇ, ਆਪਣੇ ਹਸਬੈਂਡ ਰਣਵੀਰ ਨਾਲ ਉਹ ਯੂਕੇ ਦੇ ਵਿੱਚ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੇ, ਉਹ ਦੋਨਾਂ ਦਾ ਵੀਜ਼ਾ ਇਕੱਠਿਆਂ ਦਾ ਆਇਆ ਸਿਰਫ ਵਿਦ ਇਨ ਅ ਵੀਕ, ਔਰ ਉਹਨਾਂ ਦਾ 12 ਸਾਲ ਦਾ ਗੈਪ ਸੀਗਾ, 1 ਸਾਲ ਦੀ ਪੜ੍ਹਾਈ ਹੈ, 2 ਸਾਲ ਦਾ ਵਰਕ ਪਰਮਿਟ ਹੈ। ਇੱਦਾਂ ਦੇ ਸਿਨੈਰੀਓ ਦੇ ਵਿੱਚ ਯੂਕੇ ਬਹੁਤ ਵਧੀਆ ਕਿ 1 ਸਾਲ ਦੀ ਫੀਸ ਦਿੱਤੀ, 2 ਸਾਲ ਦਾ ਵਰਕ ਪਰਮਿਟ ਹੈ, ਤੁਹਾਡਾ ਸਪਾਊਸ ਵੀ ਕਮਾ ਰਿਹਾ, ਅਮੇਜ਼ਿੰਗ। ਐਂਡ ਅਗਰ ਤੁਹਾਨੂੰ ਲੱਗਦਾ ਕਿ ਫਾਈਨੈਂਸ਼ਲੀ ਵੀਕ ਹੋ, ਤੁਸੀਂ ਦੂਜੀਆਂ ਆਪਸ਼ਨਸ ਦੇਖ ਸਕਦੇ ਹੋ। ਸਾਡੇ ਕੋਲ ਪੋਲੈਂਡ ਹੈ, ਸਪੇਨ ਹੈ, ਜਰਮਨੀ ਹੈ, ਫਿਨਲੈਂਡ ਹੈ, ਡੈਨਮਾਰਕ ਹੈ, ਲਾਤਵੀਆ ਅਸੀਂ ਕਰ ਰਹੇ ਹੈਗੇ ਹਾਂ, ਇਸ ਤੋਂ ਇਲਾਵਾ ਹੰਗਰੀ ਹੈ, ਮਾਲਟਾ ਹੈ, ਜਿੱਥੇ ਥੋੜ੍ਹੇ ਜਿਹੇ ਬਜਟ ਨਾਲ ਤੁਸੀਂ ਸੈਟਲ ਹੋ ਸਕਦੇ ਹੋ। ਸੋ ਯੂਕੇ ਜਾਓ, ਬੜੀ ਖੁਸ਼ੀ ਨਾਲ ਜਾਓ, ਬਟ ਮੇਕ ਸ਼ੋਰ ਉੱਥੇ ਜਾ ਕੇ ਪੜ੍ਹੋ ਔਰ ਤੁਹਾਡੇ ਕੋਲ ਬੈਕਅਪ ਹੋਣਾ ਚਾਹੀਦਾ ਹੈ। ਆਪਣੀ ਫਾਈਲ ਨੂੰ ਅਸੈਸ ਕਰਾਉਣ ਵਾਸਤੇ ਅੱਜ ਹੀ ਵਿਨਯੂਰ ਇੰਗਲਿਸ਼ ਦੀ ਟੀਮ ਨਾਲ ਸੰਪਰਕ ਕਰੋ। ਔਰ ਯੂਕੇ ਦੇ ਵਿੱਚ ਵੀ ਦੇਖਿਆ ਗਿਆ ਪੈਕੇਜ ਸਿਸਟਮ ਡਿਵੈਲਪ ਹੋ ਚੁੱਕਾ ਹੈ। ਦੇਖੋ, ਪੈਕੇਜਸ ਦੇ ਵਿੱਚ ਆਲਵੇਜ਼ 2 to 3 lakh ਤੁਸੀਂ ਵੱਧ ਦਿੰਦੇ ਹੋ, ਬਹੁਤ ਸਾਰੀਆਂ ਮਿਸਰੀਪ੍ਰੈਜੈਂਟੇਸ਼ਨਸ ਹੁੰਦੀਆਂ ਪੈਕੇਜਸ ਦੇ ਵਿੱਚ, ਤੁਹਾਡੀ ਫਾਈਲ ਨਾਲ ਕੀ ਹੋ ਰਿਹਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ। ਸੋ ਰਾਈਟ ਗਾਈਡੈਂਸ ਵਾਸਤੇ ਅੱਜ ਹੀ ਸਾਡੇ ਨਾਲ ਸੰਪਰਕ ਕਰੋ। Call us at 797-3160270. Thank you.